ਦਾ ਜੀਣਾ ਮੁਸ਼ਕਿਲ ਹੋ ਗਿਆ ਮੇਰੇ ਸਤਿਕਾਰਯੋਗ ਮਾਤਾਓ ਭੈਣੋ। ਗੈਸ ਦਾ ਸਿਲੰਡਰ ਕਾਂਗਰਸ ਪਾਰਟੀ ਦਾ ਰਾਜ ਸੀਗਾ, 350 ਰੁਪਏ ਦਾ ਗੈਸ ਦਾ ਸਿਲੰਡਰ ਮਿਲਦਾ ਸੀ, ਅੱਜ 1150 ਰੁਪਏ ਦਾ ਗੈਸ ਦਾ ਸਿਲੰਡਰ ਮਿਲਦਾ। ਅਗਰ ਕਾਂਗਰਸ ਪਾਰਟੀ ਦਾ ਰਾਜ ਆਇਆ, ਕਾਂਗਰਸ ਪਾਰਟੀ ਨੇ ਫੈਸਲਾ ਲਿਆ ਕਿ ਜਿਵੇਂ ਸ਼ਹਿਰਾਂ ਪਿੰਡਾਂ ਦੇ ਵਿੱਚ ਮਨਰੇਗਾ ਚੱਲਦੀ ਹੈ, ਤੁਹਾਨੂੰ ਪਤਾ ਗਾਂਵ ਮੇ ਮਨਰੇਗਾ ਚੱਲਦੀ ਹੈ, ਨਰੇਗਾ ਜਿਵੇਂ ਪਿੰਡਾਂ ਚ ਨਰੇਗਾ ਚੱਲਦੀ ਹੈ, ਅਸੀਂ ਸ਼ਹਿਰਾਂ ਦੇ ਵਿੱਚ ਨਰੇਗਾ ਚਲਾਵਾਂਗੇ ਤੇ 400 ਰੁਪਇਆ ਦਿਹਾੜੀ ਦਿਆਂਗੇ। ਪਰਿਵਾਰ ਕੀ ਇੱਕ ਬੜੀ ਔਰਤ ਕੋ 8500 ਰੁਪਇਆ ਮਹੀਨੇ ਦਾ ਘਰ ਚਲਾਉਣੇ ਕੇ ਲਈ ਦੇਣਗੇ, ਇਹ 1000 ਰੁਪਇਆ ਨਹੀਂ ਦੇਗਾ, ਅਸੀਂ 8500 ਰੁਪਇਆ ਦਿਆਂਗੇ, ਯਾਨੀ ਕਿ ਸਾਲ ਦਾ 1,00,000 ਰੁਪਇਆ ਦਿਆਂਗੇ। ਰਾਜਾ ਵੜਿੰਗ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ। ਕੀਤਾ
ਸ਼ਹਿਰਾਂ ਪਿੰਡਾਂ ਦੇ ਵਿੱਚ ਮਨਰੇਗਾ ਚੱਲਦੀ ਹੈ। ਤੁਹਾਨੂੰ ਪਤਾ ਹੈ ਗਾਓ ਮੇ ਮਨਰੇਗਾ ਚੱਲਦੀ ਹੈ। ਨਰੇਗਾ ਜਿਵੇਂ ਪਿੰਡਾਂ ਚ ਨਰੇਗਾ ਚੱਲਦੀ ਹੈ, ਅਸੀਂ ਸ਼ਹਿਰਾਂ ਦੇ ਵਿੱਚ ਨਰੇਗਾ ਚਲਾਵਾਂਗੇ ਤੇ 400 ਰੁਪਇਆ ਦਿਹਾੜੀ ਦਿਆਂਗੇ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸ਼੍ਰੀ ਰਾਜਾ ਵਰਿੰਗ ਜੀ ਦੇ, ਜੋ ਕਿ ਪ੍ਰਵਾਸੀਆਂ ਦੇ ਨਾਲ
ਆਪਣੇ ਭੈਣ ਭਰਾਵਾਂ ਵਾਲਾ ਪਿਆਰ ਦੇ ਕੇ ਗਏ ਔਰ ਉਹਨਾਂ ਨੂੰ ਵਿਸ਼ਵਾਸ ਦਵਾ ਕੇ ਗਏ ਨੇ ਕਿ ਤੁਹਾਨੂੰ ਇੱਥੇ ਪੰਜਾਬੀਆਂ ਦੇ ਜਗ੍ਹਾ 'ਤੇ ਰੱਖਿਆ ਜਾਏਗਾ, ਪੰਜਾਬੀਆਂ ਦੀ ਤਰ੍ਹਾਂ ਰੱਖਿਆ ਜਾਏਗਾ, ਕੋਈ ਵੀ ਤੁਹਾਨੂੰ ਬਈਆ ਨਹੀਂ ਕਹੇਗਾ, ਕੋਈ ਵੀ ਤੁਹਾਨੂੰ ਅਧਿਕਾਰ ਤੁਹਾਡੇ ਤੋਂ ਨਹੀਂ ਖੋਇਆ ਜਾਏਗਾ, ਤੁਹਾਨੂੰ ਹਰ ਤਰੀਕੇ ਦੇ ਅਧਿਕਾਰ ਮਿਲਣਗੇ। ਤੁਹਾਨੂੰ ਮਕਾਨ ਵੀ ਬਣਵਾ ਕੇ ਦਿੱਤੇ ਜਾਣਗੇ, ਉਹਦੇ ਬਾਰੇ ਕੀ ਕਹਿਣਾ ਚਾਹੁੰਗੇ? ਹਾਂਜੀ, ਉਹਨਾਂ ਨੇ ਅੱਗੇ ਵੀ ਦਿੱਤੇ ਨੇ ਔਰ ਰਜਿਸਟਰੀਆਂ ਵੀ ਕਰਵਾ ਕੇ ਦਿੱਤੀਆਂ ਨੇ ਔਰ ਅੱਗੇ ਵੀ ਦੇਣਗੇ, ਜੋ ਕਿਉਂਕਿ ਸਾਡੀ ਕਾਂਗਰਸ ਪਾਰਟੀ ਜੋ ਵੀ ਵਾਅਦੇ ਕਰਦੀ ਹੈ ਉਹ ਅੱਗੇ ਵੀ ਪੂਰੇ ਕੀਤੇ ਨੇ ਔਰ ਅੱਗੇ ਵੀ ਕਰਨਗੇ ਹਮੇਸ਼ਾ। ਅੱਜ ਵਾਰਡ ਨੰਬਰ 17 ਵਿੱਚ ਸਾਡੇ ਪਾਰਲੀਮੈਂਟ ਉਮੀਦਵਾਰ ਰਾਜਾ ਵੜਿੰਗ ਜੀ ਦੀ ਮੀਟਿੰਗ ਸੀ, ਬਹੁਤ ਹੀ ਭਾਰੀ ਉਤਸ਼ਾਹ ਮਿਲਿਆ ਵਾਰਡ ਨੰਬਰ 17 ਤੋਂ ਉਹਨਾਂ ਨੂੰ। ਇੱਥੇ ਸਾਡਾ ਸਾਰਾ ਪ੍ਰਵਾਸੀ ਭਾਈਚਾਰਾ, ਸਾਡਾ ਮੁਸਲਿਮ ਭਾਈਚਾਰਾ ਔਰ ਸਾਡਾ SC ਭਾਈਚਾਰਾ ਬਹੁਤ ਹੀ ਖੁਸ਼ੀ ਹੋਈ ਉਹਨਾਂ ਨੂੰ ਰਾਜਾ ਜੀ ਦੀਆਂ ਗੱਲਾਂ ਸੁਣ ਕੇ, ਕਿਉਂਕਿ ਜੋ ਰਾਜਾ ਜੀ ਕਹਿੰਦੇ ਨੇ ਕਹਿਣੀ ਔਰ ਕਰਨੀ ਦੇ ਪੂਰੇ ਨੇ, ਇਸ ਗੱਲ ਦਾ ਆਸ਼ਵਾਸਨ ਪਹਿਲਾਂ ਹੀ ਹੈ ਉਹਨਾਂ ਨੂੰ। ਔਰ ਜੋ ਅੱਜ ਉਹਨਾਂ ਨੇ ਕਿਹਾ ਕਿ ਵਾਰਡ ਨੰਬਰ 17 ਦੇ ਵਿੱਚ ਜੋ ਕੰਮ ਹੋਣ ਵਾਲੇ ਨੇ, ਬਹੁਤ ਹੀ ਜ਼ਿਆਦਾ ਪਿਛੜਿਆ ਹੋਇਆ ਇਲਾਕਾ ਇਹਦੇ ਜਦੋਂ ਪਾਰਲੀਮੈਂਟ ਵਿੱਚ ਆਉਂਦੇ ਨੇ ਸਭ ਤੋਂ ਪਹਿਲ ਦੇ ਆਧਾਰ 'ਤੇ ਉਹਨਾਂ ਨੇ ਇਹ ਆਖਿਆ ਕਿ ਇਹ ਰੋਡ ਜਿਹੜੀਆਂ ਬਣਨ ਵਾਲੀਆਂ ਨੇ ਟੋਇਆ ਇਸ ਇਲਾਕੇ ਨੂੰ ਪੂਰਾ ਕੀਤਾ ਜਾਵੇਗਾ, ਅਤੇ ਇਹ ਪ੍ਰੋਮਿਸ ਕਰਕੇ ਗਏ ਨੇ ਕਿ ਜਦੋਂ ਮੈਂ ਪਾਰਲੀਮੈਂਟ ਵਿੱਚ ਆਉਣਾ ਸਭ ਤੋਂ ਪਹਿਲਾਂ ਵਾਰਡ ਨੰਬਰ 17 ਨੂੰ ਕੰਪਲੀਟ ਕੀਤਾ ਜਾਵੇਗਾ। ਰਾਜਾ ਵੜਿੰਗ ਦੇ ਆਉਣ ਨਾਲ ਸਾਡੇ ਇਸ ਏਰੀਏ ਨੂੰ ਬਹੁਤ ਹੀ ਜ਼ਿਆਦਾ ਉੱਨਤੀ ਔਰ ਖੁਸ਼ੀ ਮਿਲੀ ਹੈ, ਤਾਂ ਕਿ ਉਹਨਾਂ ਨੇ ਜੋ ਵਾਅਦੇ ਕੀਤੇ ਹਨ ਉਹਨਾਂ ਵਾਅਦੇ ਪੂਰੇ ਕਰਨਗੇ, ਸਾਨੂੰ ਪੂਰਾ ਵਿਸ਼ਵਾਸ ਹੈ। ਔਰ ਜੋ ਉਹਨਾਂ ਨੇ ਪ੍ਰਵਾਸੀਆਂ ਬਾਰੇ ਕਿਹਾ ਉਹ ਸੱਚ, ਬਿਲਕੁਲ ਸੱਚ ਹੈ, ਔਰ ਉਹਨਾਂ ਨੇ ਜੋ ਵਾਅਦੇ ਕਰਕੇ ਕੀਤੇ ਹਨ, ਪਹਿਲੇ ਵੀ ਕੀਤੇ ਹਨ, ਪੰਜਾਬ ਪ੍ਰਧਾਨ ਰਹਿ ਕੇ ਵੀ ਕਰ ਰਹੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ।